ਅਸਲਾਮ ਵਾਲੇਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਰਜਬ ਅਲੀ, ਤੁਸੀਂ ਵੇਖ ਰਹੇ ਨੀਲੀ ਪੰਜਾਬ ਟੀਵੀ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ, ਬੈਲ ਆਈਕਾਨ ਦੇ ਬਟਨ ਕਰੋ ਕਿ ਤਾਂ ਕਿ ਸਾਡੀ ਨਵੀਂ ਆਉਣ ਵਾਲੀ ਵੀਡੀਓ ਤੁਹਾਨੂੰ ਪਹੁੰਚ ਸਕੇ। ਦੋਸਤੋ, ਅੱਜ ਤੁਹਾਡੇ ਵਾਸਤੇ ਜਨਾਬ ਦੋ ਮੱਝਾਂ ਦੀ ਵੀਡੀਓ ਲੈ ਕੇ, ਮਾਸ਼ਾਅੱਲਾ ਬਹੁਤ ਚੰਗੀਆਂ ਸੁਥਰੀਆਂ ਝੋਟੀਆਂ ਨੇ। ਇੱਕ ਝੋਟੀ ਜਨਾਬ ਅਤੇ ਇੱਕ ਤੀਸਰੇ ਸੂਬੇ ਮੱਝ, ਮਾਸ਼ਾਅੱਲਾ ਬੜੀਆਂ ਨਸਲ ਜ਼ਾਤ ਵਾਲੀਆਂ। ਅਤੇ ਜਨਾਬ ਦਰਿਆ ਦੇ ਇਲਾਕੇ ਦੇ ਵਿੱਚ, ਨੀਲੀ ਦੇ ਦਰਿਆ 'ਤੇ ਆਏ ਹਾਂ ਜਨਾਬ। ਮਾਸ਼ਾਅੱਲਾ ਬੜੀਆਂ ਪਿਆਰੀਆਂ ਝੋਟੀਆਂ ਨੇ। ਕੈਮਰਾਮੈਨ ਸਾਹਿਬ ਤੁਹਾਨੂੰ ਝੋਟੀਆਂ ਦਿਖਾਉਂਦੇ ਨੇ, ਉਸ ਤੋਂ ਬਾਅਦ ਮਾਲਕ ਨਾਲ ਗੱਲ ਕਰਾਂਗੇ। ਦੋਸਤੋ, ਇਹ ਦੇਖੋ ਬਿੱਲੀਆਂ ਅੱਖਾਂ, ਬੱਗੀ ਮੁੱਛੇ, ਦਰਮਿਆਨਾ ਕੱਦ ਅਤੇ ਹਵਾਨਾ, ਮਾਸ਼ਾਅੱਲਾ ਜਿੰਨਾ ਕੱਦ ਉਸ ਤੋਂ ਜ਼ਿਆਦਾ ਹੀ ਹਵਾਨਾ ਹੈ। ਇਹ ਜਨਾਬ ਦੇਖੋ ਦੋਨੋਂ ਬਿੱਲੀਆਂ ਅੱਖਾਂ, ਸਿੰਘ ਜਨਾਬ ਥੋੜ੍ਹੇ ਜਿਹੇ ਪਿੱਛੇ ਕਰਕੇ ਮੁੜੇ ਨੇ, ਕਿੰਗਰੀ ਵਾਲਾ ਸਿੰਘ। ਅਤੇ ਇਹ ਜਨਾਬ ਦੇਖੋ ਪੂਰੀਆਂ ਵਿਰਲਾਂ ਅਤੇ ਥਣ, ਥੱਬਿਆਂ ਦੇ ਹਵਾਨੇ। ਇਹ ਜਨਾਬ ਪਹਿਲਾਂ ਹੋ ਕੇ ਮਾਸ਼ਾਅੱਲਾ ਬੜਾ ਹਵਾਨਾ ਲਈ ਖੜੀ ਇਨਵੈਂਟਰੀ ਜਾਣ ਦੇ ਜਨਾਬ ਕਨ। ਇਹ ਜਨਾਬ ਦੇਖੋ ਹਵਾਨਾ, ਮਾਸ਼ਾਅੱਲਾ ਦੇਖੋ ਕਿੱਡਾ ਚੌੜਾ ਇਹਦਾ, ਪੂਰੀਆਂ ਵਿਰਲਾਂ ਅਤੇ ਥਣ। ਬਾਕੀ ਮਾਸ਼ਾਅੱਲਾ ਹਰ ਚੀਜ਼ ਇਹਦੀ, ਮੇਰਾ ਕੈਮਰਾਮੈਨ ਤੁਹਾਨੂੰ ਦਿਖਾਵੇਗਾ। ਇਹ ਜਨਾਬ ਤੁਸੀਂ ਦੇਖ ਰਿਹਾ ਜੇ ਹਵਾਨਿਆਂ ਦੇ ਥੱਬੇ ਮਾਰੇ ਨੇ। ਇਹ ਜਨਾਬ ਕੱਦ ਦੇਖੋ, ਬਿਲਕੁਲ ਬਰੀਕੀਆਂ ਦੇ ਵਿੱਚ ਚੋਟੀ ਹੈ, ਪੂਰੀਆਂ ਬਰੀਕੀਆਂ 'ਚ ਚੋਟੀ, ਦਰਮਿਆਨਾ ਕੱਦ, ਮਾਸ਼ਾਅੱਲਾ ਥੱਬੇ ਦੇ ਹਵਾਨੇ। ਮਾਸ਼ਾਅੱਲਾ ਤੁਸੀਂ ਦੇਖ ਰਿਹਾ ਜੇ ਹਰ ਪਾਸੋਂ ਨਸਲ ਜ਼ਾਤ ਵਾਲੀ ਚੋਟੀ ਹੈ। ਇਹ ਜਨਾਬ ਦੇਖੋ ਮਾਸ਼ਾਅੱਲਾ ਹਵਾਨਿਆਂ ਦਾ, ਇਸ ਪਾਸੋਂ ਹਵਾਨਿਆਂ ਦਾ। ਬਾਕੀ ਆ ਟੁਰਦੀ ਫਿਰਦੀ ਤੁਸੀਂ, ਤੁਹਾਨੂੰ ਤਸੱਲੀ, ਮੇਰਾ ਕੈਮਰਾਮੈਨ ਕਰਵਾ ਰਿਹਾ। ਉਸ ਤੋਂ ਬਾਅਦ ਮਾਲਕ ਨੂੰ ਬੁਲਾਵਾਂਗੇ ਅਤੇ ਕਿੰਨੇ ਦਿਨ ਲੈਂਦੀ ਜਾਂ ਕੀ ਹਿਸਾਬ ਕਿਤਾਬ ਹੈ ਸਾਰਾ ਮਾਲਕ ਕੋਲੋਂ ਪੁੱਛ ਕੇ। ਇਹ ਜਨਾਬ ਦੇਖੋ ਮਾਸ਼ਾਅੱਲਾ ਹਵਾਨਾ ਬੜਾ ਪਿਆਰਾ ਇਹਦਾ, ਇਹਦੇ ਬਟਨ ਜੇ ਵਿਖਾਵੇ ਨਾ ਮਾਸ ਜਿਹਦੇ ਥੱਲੇ ਆਏ ਪੈਣ, ਜਿਹੜੇ ਦੋ ਖੜੋ ਜਾਣੀ ਕੋਲ ਜਾ ਕਰਮਾਂ ਵਾਲੀ। ਇਹ ਜਨਾਬ ਦੇਖੋ ਮਾਸ਼ਾਅੱਲਾ ਕੱਦਾਂ ਦਾ ਪੂਰਾ ਮੁਕੰਮਲ ਕੱਦ ਖਾ, ਛੋਟੀ ਵੱਖੀ ਦੀ ਚੋਟੀ। ਇਹ ਜਨਾਬ ਇਹਦਾ ਮੂੰਹ ਦੇਖ ਲਓ, ਬੱਲਾ ਮੱਥਾ, ਬਿੱਲੀਆਂ ਅੱਖਾਂ, ਬੱਗੀ ਮੋਛੇ, ਬਾਕੀ ਹਰ ਚੀਜ਼ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਨਾਲ ਦਿਖਾ ਰਿਹਾ। ਇਹਦੀ ਤਸੱਲੀ ਕਰਵਾ ਦਿਓ ਕੈਮਰਾਮੈਨ ਸਾਹਿਬ, ਕੋਈ ਚੀਜ਼ ਇਹਦੀ ਰਹਿਣੀ ਨਹੀਂ ਚਾਹੀਦੀ। ਉਸ ਤੋਂ ਬਾਅਦ ਆਪਾਂ ਜਨਾਬ ਇਹਦੀ ਦੂਸਰੀ ਮੱਝ ਜਿਹੜੀ ਉਹ ਵਿਖਾਵਾਂਗੇ, ਬਾਕੀ ਇਹਦੀ ਹਵਾਨੇ ਦੀ ਜਨਾਬ ਤਸੱਲੀ ਕਰਵਾ ਦਿਓ। ਦੋਸਤੋ, ਇਹ ਦੇਖੋ ਇਹ ਜਨਾਬ ਇਹਦੀ ਤਸੱਲੀ ਨਾਲ ਜਿਹੜਾ ਹਰ ਚੀਜ਼ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ। ਪੈਰ ਅੱਗੇ ਪਿੱਛੇ ਕਿਤੇ ਨਹੀਂ ਯਾਰ ਇਹਨੂੰ ਬਰਾਬਰ ਕਰਾ ਨਾ, ਕਿਉਂਕਿ ਇਵੇਂ ਇਵੇਂ ਲੱਗਦਾ ਜਿਵੇਂ ਵਾਨੇ 'ਚ ਫਰਕ ਹੈ, ਵਾਨੇ 'ਚ ਫਰਕ ਨਹੀਂ ਹੈਗਾ। ਇਹ ਜਨਾਬ ਤੁਸੀਂ ਦੇਖੋ ਬਿਲਕੁਲ ਬਰਾਬਰ ਹਵਾਨਾ, ਬੜਾ ਪਿਆਰਾ। ਇਹ ਤੁਸੀਂ ਦੇਖ ਰਿਹਾ ਜੇ ਮਾਸ਼ਾਅੱਲਾ ਨੀਲੀ ਦੇ ਦੋ ਬਟਨ ਵੀ ਨਿਸ਼ਾਨ ਇਹਦੇ ਬਣੇ ਨੇ। ਇਹ ਜਨਾਬ ਦੇਖੋ ਬਿਲਕੁਲ ਮਾਸ਼ਾਅੱਲਾ ਬੜੇ ਪਿਆਰੇ। ਇਹ ਜਨਾਬ ਦੇਖੋ ਹਵਾਨਾ ਬਿਲਕੁਲ ਇਹਦਾ ਬਰਾਬਰ, ਨੀਲੀ ਦੇ ਦੋ ਨਿਸ਼ਾਨ। ਅਤੇ ਜਨਾਬ ਹੁਣ ਜਨਾਬ ਆ ਦੂਸਰੀ ਮੱਝ 'ਤੇ, ਇਹਨੂੰ ਖੋਲ੍ਹਣਾ। ਇਹ ਜਨਾਬ ਦੇਖ ਲਓ ਮੇਰਾ ਕੈਮਰਾਮੈਨ ਤੁਹਾਨੂੰ ਦੁਬਾਰਾ ਦੀ ਤਸੱਲੀ ਕਰਵਾ ਰਿਹਾ, ਤਾਂ ਕਿ ਆਪਾਂ ਨੂੰ ਦੁਬਾਰਾ ਜਿਹੜਾ ਵੇਖਣ ਦੀ ਜ਼ਰੂਰਤ ਨਾ ਪਵੇ ਹਰ ਚੀਜ਼ ਦੀ। ਮੇਰਾ ਕੈਮਰਾਮੈਨ ਦੀ ਨਹੀਂ ਅਸੀਂ ਥੱਲੇ ਨੂੰ ਛੱਡ ਦੇ ਬਾਈ, ਤੈਨੂੰ ਉਹ ਤਾਂ ਨਾ ਜਾਣਦੇ। ਦੋਸਤੋ, ਇਹ ਦੇਖੋ ਜਨਾਬ ਮਾਸ਼ਾਅੱਲਾ ਥੱਬਿਆਂ ਦੇ ਹਵਾਨੇ ਨੇ, ਦੇ ਪੂਰੀਆਂ ਵਿਰਲਾਂ ਅਤੇ ਥਣ, ਗਿੱਟ ਗਿੱਟ ਥਣਾਂ 'ਚ ਵਿਰਲੇ ਮਾਸ਼ਾਅੱਲਾ, ਪੂਰੀਆਂ ਬਰੀਕੀਆਂ 'ਚ। ਇਹ ਜਨਾਬ ਦੇਖੋ ਹਵਾਨਾ ਇਹਦਾ, ਪੂਰੇ ਥੱਬਿਆਂ ਦਾ ਹਵਾਨਾ, ਨਸਲ ਜ਼ਾਤ ਇਹਦੀ ਬੜੀ ਪਿਆਰੀ ਮੱਝ ਹੈ। ਇਹ ਜਨਾਬ ਦੇਖੋ ਕੱਦ ਵੀ ਚੰਗਾ ਵੱਡਾ ਕੱਦ ਇਹਦਾ, ਬਸ ਛੱਡ ਦੇ ਨੂੰ ਟੁਰਨ, ਜਿੱਦਾਂ ਜਾਂਦੀ ਜਾਣ ਦੇ ਤੁਰੀ ਫਿਰਨ ਦੇ। ਇਹ ਦੋਸਤੋ ਤੁਸੀਂ ਦੇਖ ਰਿਹਾ ਜੇ ਟੁਰਦੀ ਫਿਰਦੀ ਬਿਲਕੁਲ ਠੀਕ ਠਾਕ, ਕੋਈ ਟੈਨਸ਼ਨ ਵਾਲੀ ਗੱਲ ਨਹੀਂ, ਪੂਰੀਆਂ ਵਿਰਲਾਂ 'ਤੇ ਥਣ, ਲਾਟੂਆਂ ਵਰਗਾ ਥਣ ਹੈ ਮੁੱਠ ਮੁੱਠ ਦਾ, ਮਾਸ਼ਾਅੱਲਾ ਬੜਾ ਸੋਹਣਾ, ਪੂਰੀਆਂ ਬਰੀਕੀਆਂ ਦੇ ਵਿੱਚ ਮੱਝ। ਬਾਕੀ ਕਿੰਨੇ ਦਿਨ ਲੈਂਦੀ ਸੁਣ ਜੀ ਜਾਂ ਕੀ ਹਿਸਾਬ ਕਿਤਾਬ ਹੈ ਸਾਰਾ ਮਾਲਕ ਕੋਲੋਂ ਪੁੱਛ ਕੇ ਜਨਾਬ ਤੁਹਾਨੂੰ ਦੱਸਾਂਗੇ। ਇਹਦੀਆਂ ਅੱਖਾਂ ਦੋਵੇਂ ਕਾਲੀਆਂ ਨੇ ਨਾ। ਇਹ ਜਨਾਬ ਤੁਸੀਂ ਦੇਖਦੇ ਪਏ ਜੇ ਮਾਸ਼ਾਅੱਲਾ ਬੜੀ ਪਿਆਰੀ ਨਸਲ ਜ਼ਾਤ ਵਾਲੀ ਮੱਝ ਹੈ। ਬਾਕੀ ਹਰ ਚੀਜ਼ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਨਾਲ ਦਿਖਾ ਰਿਹਾ, ਬਾਕੀ ਦੀ ਹਰ ਚੀਜ਼ ਦੀ ਆਪਾਂ ਗਰੰਟੀ ਲਵਾਂਗੇ। ਦੋਨੋਂ ਜਨਾਬ ਗੱਭਣਾ ਮੱਝਾਂ ਨੇ। ਇਹ ਜਨਾਬ ਦੇਖੋ ਥੱਬਿਆਂ ਦੇ ਹਵਾਨੇ, ਮਾਸ਼ਾਅੱਲਾ ਬੜਾ ਪਿਆਰਾ ਹਵਾਨਿਆਂ ਦਾ, ਚੰਗਾ ਵੱਡਾ ਕੱਦ ਦੇ, ਕਾਲੀਆਂ ਅੱਖਾਂ ਨੇ, ਤਾਂ ਮੂੰਹ ਸਵਾਰ ਕੇ ਵਹਾਵੇ ਨਾ। ਅਸੀਂ ਮੂੰਹ ਕਰਦੇ ਮਾਲਕ ਵੀ ਨੇ, ਅਸੀਂ ਕਰ ਲੈ, ਅਸੀਂ ਕਰ ਲੈ, ਆ ਜਾਓ ਬਈ, ਜਿਹੜਾ ਬੰਦੇ ਨੇ ਆਉਣਾ ਇੱਥੇ ਆ ਜਾਓ ਸਾਡੇ ਕੋਲ, ਚੱਲ ਆ ਜਾ। ਜੀ ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ ਜੀ। ਜਨਾਬ ਕੀ ਹਾਲ ਹੈ? ਸ਼ੁਕਰ ਅਲਹਮਦੁਲਿਲਾ। ਮਤਾ ਭਾਈ ਪਹਿਲੇ ਨੰਬਰ ਤੇ ਉਹ ਪਹਿਲਾਂ ਚੋਟੀ ਆਪਾਂ ਦਿਖਾਈਏ। ਜੀ ਭਾਈ, ਇਹ ਕਿੰਨੇ ਦਿਨ ਲੈ ਜਾਏਗੀ ਸੁਣਨ ਦੇ ਵਿੱਚ? ਇਹ ਜੀ 4-5 ਦਿਨ ਮੈਂ ਕੱਢ ਜਾਏਗੀ। 4-5 ਦਿਨ ਲੈ ਜਾਏਗੀ ਜੀ।
ਇਹਦੀ ਮੁਨਾਸਬ ਜੀ ਕੀਮਤ ਦੱਸੋ ਹਾਂ ਕਿੰਨੀ ਹੈ ਅਤੇ ਆਪਾਂ ਜਿਹੜੀ ਜਗ੍ਹਾ 'ਤੇ ਖੜ੍ਹੇ ਹਾਂ ਇਹ ਦਰਿਆ ਤੋਂ ਕਿੰਨੇ ਕਿਲੋਮੀਟਰ ਪਿੱਛੇ ਜਾਂ ਕਿੰਨੀ ਕੁ ਅੱਗੇ ਆਪਣੇ ਤੋਂ? ਇਹ ਜੀ ਆਪਾਂ ਦਰਿਆ ਤੋਂ ਕਮ ਸੇ ਕਮ ਹੀ 3-4 ਕਿਲੋਮੀਟਰ ਪਿੱਛੇ ਹੈਗੇ ਹਾਂ। ਅੱਛਾ, 3-4 ਕਿਲੋਮੀਟਰ ਆਪਣੇ ਇਸ ਤੋਂ ਅੱਗੇ ਦਰਿਆ ਹੈ। ਹਾਂਜੀ ਬਿਲਕੁਲ ਜੀ। ਠੀਕ ਹੋ ਗਿਆ ਅਤੇ ਪੂਰੀਆਂ ਬਰੀਕੀਆਂ 'ਚ ਮਾਸ਼ਾਅੱਲਾ ਤੇਰੀ ਚੋਟੀ ਸੋਹਣੀ ਹੈ। ਇਹਦੀ ਮੁਨਾਸਬ ਜੀ ਪਿਆਰ ਮੁਹੱਬਤ ਵਾਲੀ ਜਿਹੜੀ ਕੀਮਤ ਹੈ ਨਾ ਉਹ ਦੱਸ ਦੇ। ਇਹਦੀ ਜੀ ਮੁਨਾਸਬ ਜੀ ਕੀਮਤ ਜੀ 1,90,000 ਰੁਪਈਆ। 1,90,000 ਜੀ। ਇਹਦੇ 'ਚ ਕੋਈ ਸਾਡੇ ਨਾਲ ਪਿਆਰ ਮੁਹੱਬਤ ਕਰ ਲਵਾਂਗੇ ਜੀ? ਪਿਆਰ ਮੁਹੱਬਤ ਤੁਹਾਡੇ ਨਾਲ। ਠੀਕ ਹੋ ਗਿਆ ਦੋਸਤੋ, 1,90,000 ਦੀ ਕੀਮਤ ਹੈ, ਤਕਰੀਬਨ 3-4 ਦਿਨ ਜਿਹੜਾ ਸੂਣ ਦੇ ਵਿੱਚ ਲੈ ਜਾਏਗੀ, ਪਿਆਰ ਮੁਹੱਬਤ ਆਪਣੇ ਨਾਲ ਹੋ ਜਾਏਗਾ। ਅੱਛਾ ਇਹ ਦੱਸ ਵੀ ਕਿੰਨਵੇਂ ਸੂਏ ਮੱਝ ਜਿਹੜੀ ਆ ਵੱਡੀ ਮੱਝ ਵਾਈ ਹੈ? ਇਹ ਜੀ 3 ਸੂਏ ਮੈਂ ਹੈਗੀ ਹੈ। ਤੀਸਰਾ ਸੂਆ ਉਹਨਾਂ ਨੇ ਸੂਣਾ? ਹਾਂਜੀ, ਤੀਸਰਾ ਸੂ ਸੂਣ ਵਾਲੀ ਹੈ। ਠੀਕ ਹੋ ਗਿਆ। ਕਿੰਨੇ ਦਿਨ ਲਵੇਗੀ ਇਹ? ਇਹ ਵੀ ਇੰਨੇ ਕੁ ਦੇ ਕੱਢੇਗੀ। ਇਹ ਵੀ 3-4 ਦਿਨ ਹੀ ਲਵੇਗੀ? ਹਾਂਜੀ ਬਿਲਕੁਲ, ਇੰਨੇ ਦਿਨ ਲੈ ਜਾਏਗੀ। ਇਹਦੀ ਮੁਨਾਸਬ ਜੀ ਕੀਮਤ ਦੱਸੋ, ਨਾਲੇ ਪਿਛਲੇ ਸੂਏ ਦੁੱਧ ਕਿੰਨਾ ਕੁ ਅੰਦਾਜ਼ਨ ਕਰਦੀ ਰਹੀ ਜਿਹੜੀ ਆ? ਇਹ ਪੱਠਿਆਂ ਦਾ ਦੁੱਧ ਜੀ 12-13 ਗੜਵੀਆਂ ਕਰਦੀ ਰਹੀ ਹੈ। ਸਾਡੇ ਕੋਲ ਖਾਲ ਖੁਲ ਪਾਏਗੀ ਕਦੇ ਨਹੀਂ। ਪੂਰੀਆਂ ਬਰੀਕੀਆਂ ਚ ਦੋਸਤੋ। ਅੱਛਾ, ਹੁਣ ਇਹਦੀ ਮੁਨਾਸਬ ਜੀ ਕੀਮਤ ਦੱਸ ਕਿੰਨੀ? ਇਹਦੀ ਜੀ ਮੁਨਾਸਬ ਜੀ ਕੀਮਤ ਹੈਗੀ ਜੀ 1,85,000 ਰੁਪਈਆ ਜੀ। ਇਹਦੇ ਚ ਕੋਈ ਪਿਆਰ ਮੁਹੱਬਤ ਕਰ ਲਵਾਂਗੇ ਜੀ ਇਹਦੇ ਚ? ਦੋਸਤੋ, 1,85,000 ਕੀਮਤ ਹੈ, 3-4 ਦਿਨ ਲੈਂਦੀ ਸੂਣ ਦੇ ਵਿੱਚ ਤੇ ਪੂਰੀਆਂ ਬਰੀਕੀਆਂ ਚ ਮਾਸ਼ਾਅੱਲਾ ਹਰ ਚੀਜ਼ ਮੇਰਾ ਕੈਮਰਾਮੈਨ ਤੁਹਨੂੰ ਤਸੱਲੀ ਨਾਲ ਦਿਖਾਤੀ। ਸਾਡਾ ਰਾਬਤਾ ਨੰਬਰ ਹੈ 0307-6563-6651। ਸਾਡਾ ਵਟਸਐਪ ਨੰਬਰ ਵੀ ਹੈ, ਈਮੋ ਨੰਬਰ ਵੀ ਹੈ। ਡਿਸਕ੍ਰਿਪਸ਼ਨ ਦੇ ਵਿੱਚ ਜਨਾਬ ਮਾਲਕ ਦਾ ਨੰਬਰ ਅਸੀਂ ਲਾਵਾਂਗੇ ਅਤੇ ਜਨਾਬ ਹਰ ਚੀਜ਼ ਮੇਰਾ ਕੈਮਰਾਮੈਨ ਤੁਹਾਨੂੰ ਦੁਬਾਰਾ ਦੀ ਤਸੱਲੀ ਕਰਵਾ ਰਿਹਾ। ਰਾਬਤਾ ਨੰਬਰ ਦੁਬਾਰਾ ਦੱਸ ਦਿੰਦੇ ਹਾਂ, 0307-6563-6651। ਸਾਡਾ ਵਟਸਐਪ ਨੰਬਰ ਵੀ ਹੈ, ਈਮੋ ਨੰਬਰ ਵੀ ਹੈ ਅਤੇ ਜਨਾਬ ਇਹਦੀ ਤੁਰਦੀ ਫਿਰਦੀ ਤੁਹਾਨੂੰ ਤਸੱਲੀ ਕਰਵਾ ਰਹੇ ਹਾਂ। ਮਾਸ਼ਾਅੱਲਾ ਹਵਾਨਿਆਂ ਦੇ ਥੱਬੇ ਮਾਰੇ ਨੇ, ਬੜੀ ਸੋਹਣੀ ਸੁਥਰੀ ਮੱਝ ਹੈ, ਦਰਿਆ ਤੋਂ 3-4 ਕਿਲੋਮੀਟਰ ਪਿੱਛੇ ਖੜ੍ਹੇ ਹਾਂ। ਬਾਕੀ ਜਨਾਬ ਦੀ ਹਰ ਚੀਜ਼ ਦੀ ਮੇਰਾ ਕੈਮਰਾਮੈਨ ਤੁਹਾਨੂੰ ਤਸੱਲੀ ਕਰਵਾ ਰਿਹਾ। ਉਮੀਦ ਕਰਾਂਗੇ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਮਿਲਦੇ ਹਾਂ ਅਗਲੀ ਵੀਡੀਓ 'ਚ। ਖੁਦਾ ਹਾਫਿਜ਼ ਜੀ।